ਕੁਮਾਰ ਨੇ ਬਾਲ ਵਿਵਾਦਾਂ ਨੂੰ ਫਾਈਨਾਂ ਤੋਂ ਪਾਉਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ, ਚਾਹੇ ਕਿਸਾਨਾਂ ਦਾ ਸੀ, ਚਾਹੇ ਪੁਲਿਸ ਦਾ ਸੀ, ਚਾਹੇ ਸਟੂਡੈਂਟ ਦਾ ਸੀਗਾ, ਜਿਹੜਾ ਹੁਣ ਬਾਬੇ ਦਾ ਬਾਲ ਵਿਵਾਦ ਚੱਲ ਰਿਹਾ ਇਹਦੇ ਬਾਰੇ ਤੁਸੀਂ ਕੁਛ ਕਰ ਨਹੀਂ? ਮੈਨੂੰ ਦੇਖੋ, ਤੁਸੀਂ ਤੁਹਾਡੀ ਪ੍ਰੋਬਲਮ ਅਖਬਾਰਾਂ ਵਾਲੇ ਦੀ, ਤੁਸੀਂ ਸਟੋਰ ਦੀ ਗੱਲ ਕਰੋ, ਗੀਤ ਦੀ ਗੱਲ ਕਰੋ, ਉਹ ਤੁਹਾਨੂੰ ਘੜੀਸੀ ਜਾਂਦੇ ਹੋ, ਫਾਇਦਾ ਕੀ ਆ? ਉਹ ਤਾਂ ਮੈਂ ਗੀਤ ਗਾਈ ਜਾਂਦਾ, ਤੁਸੀਂ ਮੇਰੇ ਗੀਤ ਸੁਣੋ, ਜਿਹੜੇ ਮੈਂ ਗੀਤ ਗਾਇਆ ਤੁਸੀਂ ਉਹਨਾਂ ਨੂੰ ਸੁਣਦੇ ਨਹੀਂ ਧਿਆਨ ਨਾਲ, ਤੁਹਾਡੀ ਪ੍ਰੋਬਲਮ ਹੈ। ਹੁਣ ਤੁਸੀਂ ਪੈਸੇ ਦੇ ਕੇ ਤਾਂ ਖਰੀਦਣਾ ਨਹੀਂ ਹੁੰਦਾ, ਮੁਫਤ 'ਚ ਮੇਰਾ ਵੀਰ ਜ਼ਰੂਰ ਸੁਣ ਲਿਆ ਕਰੋ ਨੈੱਟ ਤੋਂ। ਬਹੁਤ ਪਹਿਲਾ ਗਾਣਾ ਆਇਆ ਸੀ, ਉਹਦੇ 'ਚ ਵੀ ਇੱਕ ਲਾਈਨ ਸੀ, ਉਸ ਤੋਂ ਬਾਅਦ ਕਿੰਨੇ ਗਾਣੇ ਆ, ਇੱਕ ਬਾਬਾ ਨਾਨਕ ਸੀ, ਸਾਰੇ ਉਹ ਗਾਏ ਹੋਏ ਆ। ਉਸ ਤੋਂ ਬਾਅਦ ਮੈਨੂੰ ਲੱਗਦੀ ਹੈ ਜੇ ਹੋਰ ਸਟੇਟਮੈਂਟ ਦੇਣ ਦਾ ਕੋਈ ਆਈਡੀਆ ਨਹੀਂ, ਕੋਈ ਲੀਡਰ ਤਾਂ ਦੇ ਸਕਦਾ ਰੋਜ਼ ਇੱਕ ਨਵੀਂ ਸਟੇਟਮੈਂਟ ਕਿ ਅੱਜ ਇੱਦਾਂ, ਮੈਂ ਕੋਈ ਲੀਡਰ ਤਾਂ ਹੈ ਨਹੀਂ, ਉਹ ਮੇਰੇ ਗਾਣੇ ਆਪਣੇ ਆਪ 'ਚ ਇੱਕ ਬਹੁਤ ਵੱਡੀ ਸਟੇਟਮੈਂਟ ਹੈ, ਜੇ ਉਹਨਾਂ ਨੂੰ ਤੁਸੀਂ ਸਮਝ ਲਓ। ਲਾਈਵ ਤਾਂ ਕੀ ਹੈ